ਪੇਸ਼ ਹੈ ਜਸਵਿੰਦਰ ਧਰਮਕੋਟ ਦੀ ਕਹਾਣੀ ਮੈਲਾਨਿਨ ਅੱਜ ਲੈਂਦੇ ਸੂਰਜ ਦੀ ਸੰਧੂਰੀ ਟਿੱਕੀ ਚੁੰਮਣ ਨੂੰ ਜੀ ਕਰਦਾ ਹੈ ਦਿਲ ਕਰਦਾ ਧੁੱਪ ਨੂੰ ਕਲਾਵੇ ਚ ਲੈ ਲੁੱਡੀਆਂ ਪਾਵਾਂ ਕੋਠੇ ਚੜ ਉੱਚੀ ਉੱਚੀ ਰੌਲਾ ਪਾ ਲੋਕਾਂ ਨੂੰ ਅੱਖਾਂ ਵੇਖੋ ਲੋਕੋ ਪੂਰਬ ਵੀ ਮੇਰਾ ਪੱਛਮ ਵੀ ਕਿੰਨੇ ਸਾਲਾਂ ਬਾਅਦ ਚੜਿਆ ਅੱਜ ਦਾ ਗੋਰਾ ਦਿਨ بڑے ਔਖੇ ਹੁੰਦੇ ਨੇ ਕਾਲਖੀ ਦਿਨ ਹੰਡਾਉਣੀ ਜਸ ਮੁਤੇ ਕਾਲਖ ਖਿਆਲਾਂ ਚ ਕਾਲਖ ਉੱਠਦੇ ਬੈੰਦੇ ਸੌਂਦੇ ਪੈਂਦੇ ਕਾਲਖੀ ਕਾਲਖ ਉਹ ਕਲਾ ਪਾਣੀ ਪਿੰਦੀ ਪਾਣੀ ਕਾਲਾ ਹੁੰਦਾ ਨਜ਼ਰ ਆਉਂਦਾ ਉਹੀ ਪਾਣੀ ਰਗਾ ਅੰਦਰ ਤੋੜਨ ਲੱਗਦਾ ਸ਼ੱਕ ਹੁੰਦਾ ਅੰਦਰਲਾ ਖੂਨ ਵੀ ਕਿੱਥੇ ਕਾਲਾ ਹੀ ਨਾ ਹੋਵੇ ਸ਼ੀਸ਼ੇ ਮੂਰੇ ਚਾਂਦੀ ਦੋਵੇਂ ਹੱਥਾਂ ਨਾਲ ਚਿਹਰਾ ਟੱਕ ਲੈਂਦੀ ਹੰਝੂਆਂ ਨਾਲ ਬੁੱਕ ਭਰ ਜਾਂਦਾ ਦਸਤੀ ਕਿਸ ਨੂੰ ਫਿਕਰਾਂ ਚ ਘਰੇ ਪਾਪਾ ਮਾਂ ਨੂੰ ਆਖਦੇ ਜਿਹੜਾ ਆਉਂਦਾ ਉਹ ਹੀ ਵੇਖ ਕੇ ਛੱਡ ਜਾਂਦਾ ਮੇਰਾ ਪਰਛਾਵਾਂ ਕਾਹਨੂੰ ਪੈ ਗਿਆ ਇਹਦੇ ਤੇ ਮੈਂ ਤਾਂ ਫੇਰ ਵੀ ਬੰਦਾ ਸੀ ਇਹਨੂੰ ਤਾਂ ਰੱਬ ਨੇ ਬਣਾ ਕੇ ਵੀ ਕੁੜੀ ਭੇਜਤਾ ਖਬਰੇ ਕਿਹੜੇ ਜਨਮ ਦਾ ਬਦਲਾ ਲਿਆ ਉਹਨੇ ਜਗਰਾ ਹੂੰਬਾਲੀ ਪੂ ਆਨੇ ਤਾਂ ਇੱਕ ਦਿਨ ਸਿਰੇ ਹੀ ਲਾਤੀ ਫੇਰ ਕੀ ਹੋਇਆ ਮੁੰਡਾ ਤੋ ਅਜੂਆ ਤਾਂ ਰਾਜ ਕਰੂਗੀ ਰਾਜ ਆਪਣੀ ਪੋਨਮ ਦੋ ਚਾਰ ਬਰੇ ਹੋਰ ਬੈਠੀ ਰਹੀ ਤਾਂ ਇਹੋ ਜਿਹਾ ਵੀ ਨਹੀਂ ਮਿਲਣਾ ਚੰਗੀ ਦੁਕਾਨ ਐ ਖੁੱਲੇ ਡੁੱਲੇ ਕੋਠੇ ਦੋ ਜਵਾਕ ਹੀ ਨੇ ਫੇਰ ਕੀ ਹੋਇਆ ਖਾar ਕੇ ਮੈਂ ਵੀ ਸਿੱਧੀ ਹੋ ਗਈ ਜਿਉਂਦੀ ਦਾ ਗਲਾ ਘੁੱਟ ਦਿਓ ਇਦੋਂ ਤਾਂ ਨਹੀਂ ਕੋਈ ਲਜਾਂਦਾ ਨਾ ਸਹੀ ਕਾਲੀ ਜ਼ਰੂਰ ਆ ਪਰ ਚਾਰ ਅੱਖਰ ਪੜ੍ਹੀ ਆ ਆਪਣੇ ਪੈਰਾਂ 'ਤੇ ਖੜੀ ਹੋ ਸਕਦੀ ਆ ਬਾਪ ਦੀਆਂ ਬੋਟੀਆਂ ਨਹੀਂ ਨੋਚਦੀ ساری ਉਮਰ ਜਗਰਾਉ ਵਾਲੀ ਨੂੰ ਛੱਡੋ ਜ਼ੀਰੇ ਵਾਲੀ ਤਾਂ ਉਹਦੀ ਵੀ ਗੁਰੂ ਨਿਕਲੀ ਆਪਾਂ ਵੀ ਜੇ ਇਹਦਾ ਨਹੀਂ ਹੁੰਦਾ ਤਾਂ ਆਪਾਂ ਮਨੀ ਦਾ ਕਰ ਦਿੰਨੇ ਆ ਪਹਿਲਾਂ ਮੇਮਾ ਵਰਗੀ ਕੁੜੀ ਆ ਇਹਦੇ ਲਈ ਤਾਂ ਮੇਰੀ ਦਰਾਣੀ ਦੀ ਭੈਣ ਵੀ ਕਈ ਵਾਰ ਪੁੱਛ ਚੁੱਕੀ ਆ ਕੋਲਾ ਸਾਹਮਦੇ ਸਾਹਮਦੇ ਹੀਰਾ ਨਾ ਰੋੜ ਲਿਓ ਕਿਤੇ ਮੈਂ ਰੱਬ ਨਾਲ ਲੜਦੀ ਮੈਂ ਕੀ ਤੇਰੇ ਮਾਂ ਮਾਰੇ ਸੀ ਇੱਕੋ ਕੁੱਖੋਂ ਜੰਮੀਆਂ ਚ ਐਨਾ ਫਰਕ ਮਨੀ ਕਬਾਦੀ ਫੁੱਟੀ ਤੇ ਮੈਂ ਪੁੱਠਾ ਤਵਾ ਫੇਰ ਸੋਚਦੀ ਮਨੀ ਕਿਹੜਾ ਸੌਖੀ ਆ ਉਹਨੂੰ ਉਹਦਾ ਗੋਰਾ ਰੰਗ ਸਾਂਭਣਾ ਮੁਸ਼ਕਲ ਹੋਇਆ ਪਿਆ ਤੇ ਮੈਨੂੰ ਕਾਲਾ ਉਹ ਬਾਹਰ ਨਿਕਲਦੀ ਤਾਂ ਮੰਡੀਰ ਵਿਅੰਗ ਕੱਸਦੀ ਆਏ ਹਾਏ ਦੁੱਧ ਵਰਗੀ ਉਹ ਸਾਡਾ ਬਾਲਟੀ 'ਚ ਵੀ ਤੁਪਕਾ ਬਣ ਕੇ ਡੁੱਲ ਜਾਊ ਕਦੇ ਗੱਡੀ 'ਚ ਆਜੋ ਮਾਲਕੋ ਤੁੱਪ ਚ ਕਾਲੇ ਨਾ ਹੋਜੇ ਉਹ ਕਿਧਰੇ ਮੈਂ ਕਿਧਰੇ ਜਾਂਦੀ ਟਾਲੇ-ਦੋਲੇ ਦੇ ਬੋਲ ਕੰਨੀ ਰੜਕਦੀ ਆਏ ਹਾਏ ਕ੍ਰਿਸ ਗੇਲ ਦੀ ਭੈਣ ਤੁਰੀ ਜਾਂਦੀ ਆ ਬਲੈਕ ਬੈਰੀ ਦੀ ਚੜਾਈ ਆ ਅੱਜਕੱਲ ਤਾਂ ਘਰ ਦੇ ਕੰਮ ਵੀ ਜ਼ਿਆਦਾਤਰ ਮਾਂ ਮੈਥੋਂ ਹੀ ਕਰਾਉਂਦੀ ਜਿੰਨੇ ਵੱਧ ਤੋਂ ਵੱਧ ਸਿੱਖ ਸਕਦੀਆਂ ਸਿੱਖ ਲੈ ਪੁੱਤਰ ਆਖਰ ਗੁਣਾਂ ਦੀ ਕਦਰ ਪੈਂਦੀ ਐ ਮੈਨੂੰ ਲੱਗਦਾ ਕਦਰ ਚੰਮ ਦੀ ਹੁੰਦੀ ਐ ਕੰਮ ਦੀ ਨਹੀਂ ਐਸੇ ਕਰਕੇ ਤਾਂ ਬਰਨਾਲੇ ਵਾਲੀ ਮਾਸੀ ਵੀ ਕਈ ਵਾਰ ਸੁਣਾਉਂਦੀ ਕਹਨੇ ਤੁਸੀਂ ਮਨੀ ਲਈ ਹਾਂ ਕਰੋ ਸੇ ਉਹ ਕਹਿੰਦੇ ਆ ਲੈਣ ਦੇਣ ਦੀ ਫਿਕਰ ਨਾ ਕਰੋ ਅਸੀਂ ਤਾਂ ਕੱਪੜੇ ਵੀ ਆਪਦੇ ਹੀ ਪਾ ਕੇ ਲੈ ਜਾਾਂਗੇ ਮਾਂ ਜ਼ਬਰਦਸਤੀ ਮੇਰੇ ਤੋਂ ਕਦੇ ਮੰਗਲ ਕਦੇ ਵੀਰਵਾਰ ਦੇ ਵਰਤ ਰਖਵਾਉਂਦੀ ਪੀਲੇ ਕੱਪੜੇ ਪਵਾਉਂਦੀ ਪੀਲੇ ਕੱਪੜਿਆਂ 'ਚ ਕਾਲਾ ਰੰਗ ਹੋਰ ਲੋਕ ਪਿੱਠ ਪਿੱਛੇ ਮੈਨੂੰ ਪ੍ਰਿੰਡ ਆਖਦੇ ਕਦੇ-ਕਦੇ ਲੱਗਦਾ ਮਨੀ ਵੀ ਅੰਦਰੋਂ-ਤੋਂ ਮੈਨੂੰ ਕਹਿੰਦੀ ਹੋਵੇਗੀ ਪਿਪਲ ਜਾਂ ਘੜੇ ਨਾਲ ਵਿਆਹ ਕਰਨਾ ਪਊ ਪਹਿਲਾਂ ਮੰਗਲ ਦੋਸ਼ ਆ ਕੁੰਡਲੀ ਚ ਕਾਲੀ ਮਾਤਾ ਮੰਦਰ ਵਾਲੇ ਪੰਡਤ ਜੀ ਕਹਿੰਦੇ ਤੇਰੇ ਸਭ ਤੋਂ ਪਹਿਲਾਂ ਮੈਂ ਹੀ ਮੱਥੇ ਲੱਗਿਆ ਸੀ ਸਾਰਾ ਦੋਸ਼ ਮੇਰਾ ਹੀ ਆ ਪੁੱਤ ਪਾਪਾ ਦਾ ਗਲਾਪਾ ਰਹੋ ਜਾਂਦਾ ਕੀ ਪਤਾ ਦੋਸ਼ ਕਿਹਦਾ ਸੀ ਮੇਰਾ ਪਾਪਾ ਦਾ ਉਹਨਾਂ ਦੇ ਪਾਪਾ ਦਾ ਜਾਂ ਕਦੇ-ਕਦੇ ਲੱਗਦਾ ਮਾਂ ਵੀ ਪਾਪਾ ਨੂੰ ਵੇਖ ਕੇ ਝੂਰਦੀ ਸੀ ਉਹਨੂੰ ਨੇ ਕਿਹ ਹੱਕ ਅਧੇ ਨੀ ਸੀ ਬਸ ਕਮਰੇ ਚ ਟੰਗੀ ਰਾਧਾ ਕ੍ਰਿਸ਼ਨ ਦੀ ਫੋਟੋ ਸਾਫ ਕਰਦਿਆਂ ਅੱਖਾਂ ਪੁੰਝ ਲੈਂਦੀ ਹਾਂ ਕਾਲੇ ਰੰਗ ਦਾ ਸਾਨੂੰ ਇੱਕ ਫਾਇਦਾ ਜ਼ਰੂਰ ਹੋਇਆ ਉਹ ਇਹ ਕਿ ਸਾਡਾ ਪਤਾ ਲੱਭਣ ਵਿੱਚ ਕਿਸੇ ਨੂੰ ਕੋਈ ਔਖ ਨਾ ਹੁੰਦੀ ਕੋਈ ਬਾਹਰੋਂ ਆਇਆ ਕਿਸੇ ਨੇ ਕਿ ਵੱਡੇ ਨੂੰ ਪੁੱਛਦਾ ਰਮੇਸ਼ ਅਖਬਾਰਾਂ ਵਾਲੇ ਦੇ ਘਰ ਜਾਣਾ ਅੱਛਾ ਹਮੇਸ਼ੇ ਕਾਲੂ ਦੇ ਬਸ ਅੱਡੇ ਤੋਂ ਲੈੰਦੇ ਵੱਲ ਨੂੰ ਸਿੱਧਾ ਤੁਰੇ ਜਾਓ ਅੱਗੇ ਜਾ ਕੇ ਖੱਬੇ ਹੱਥ ਵਾਲਾ ਪਹਿਲਾ ਮੋੜ ਮੁੜ ਜਾਣਾ ਦੂਜੀ ਗਲੀ 'ਚ ਪਹਿਲਾ ਘਰ ਦੱਸਣ ਵਾਲਾ ਕਹਿੰਦਾ ਦਾਦਾ-ਦਾਦੀ ਦੇ ਸੈਂਕੜੇ ਸੁੱਖਾਂ ਸੁੱਖਣ ਤੇ ਦੋ ਕੁੜੀਆਂ ਬਾਅਦ ਜਨਮ ਹੋਇਆ ਸੀ ਪਾਪਾ ਦਾ ਦੋ ਭੈਣਾਂ ਦਾ लाਡਲਾ ਭਰਾ ਹਰਮੇਸ਼ ਕੁਮਾਰ ਜੋ ਰੰਗ ਕਾਰਨ ਕਾਲੂ ਤੇ ਗਰੀਬੀ ਕਾਰਨ ਮੇਸ਼ਾ ਖਵਾਉਂਦਾ ਛੋਟੇ ਜੇ ਕਸਬੇ ਅੰਦਰ ਮੇਸ਼ਾ ਕਾਲੂ ਬਣ ਕੇ ਰਹਿ ਗਿਆ ਸੀ ਕੋਈ ਕੋਈ ਕਾਲੂ ਅਖਬਾਰਾਂ ਵਾਲਾ ਵੀ ਆਖਦਾ 10ਵੀਂ ਪੂਰੀ ਹੁੰਦੈ ਹੀ ਪਾਪਾ ਤੜਕਸਾਰ ਉੱਠ ਕੇ ਲੋਕਾਂ ਦੇ ਘਰਾਂ ਵਿੱਚ ਅਖਬਾਰ ਵੰਡਣ ਦਾ ਕੰਮ ਕਰਨ ਲੱਗੇ। ਗੁਜ਼ਾਰਾ ਸੌਖਾ ਹੋ ਸਕੇ ਇਸ ਲਈ ਵਿਆਹ ਤੋਂ 2 ਸਾਲ ਮਗਰੋਂ ਬਾਹਰਲੀ ਬੈਠਕ ਦੀ ਛੋਟੀ ਜਿਹੀ ਟਾਫੀਆਂ ਗੋਲੀਆਂ ਦੀ ਦੁਕਾਨ ਸ਼ੁਰੂ ਕਰ ਲਈ। ਉਹੀ ਇੱਕ ਦਿਨ ਮਹੇਸ਼ੇ ਕਾਲੂ ਦੀ ਹੱਟੀ ਦੇ ਨਾਂ ਨਾਲ ਮਸ਼ਹੂਰ ਹੋ ਗਈ। ਮੇਰੇ ਤੇ ਮਨੀ ਦੇ ਜਨਮ ਮਗਰੋਂ ਦੋ ਕੁੜੀਆਂ ਦੇ ਪਿਤਾ ਹਰਮੇਸ਼ ਕੁਮਾਰ ਔਰ ਫਰਮੇਸ਼ੇ ਕਾਲੂ ਦਾ ਸਾਰਾ ਜੋਰ ਇੱਕੋ ਹੀ ਗੱਲ ਤੇ ਲੱਗਾ ਰਹਿੰਦਾ ਪੜ੍ਹ ਲਿਖ ਕੇ ਚੰਗੇ ਘਰੇ ਚਲੇ ਜਾਣ ਬਸ ਇਹੀ ਮੇਰੀਆਂ ਧੀਆ ਇਹੇ ਮੇਰੇ ਪੁੱਤ ਜੋਰ ਤਾਂ ਮੇਰੀ ਪੜ੍ਹਾਈ ਤੇ ਵਿਸ਼ਾਖ ਸਰ ਨੇ ਵੀ ਬਹੁਤ ਲਾਇਆ ਸੀ ਆਰਟ ਐਂਡ ਕ્રાਫਟ ਦਾ ਕੋਰਸ ਕਰਨਾ ਹੀ ਕਰਨਾ ਹੈ ਤੂੰ ਫੀਸ ਦੀ ਫਿਕਰ ਨਾ ਕਰ ਪਪਾ ਨਾ ਦੇ ਸਕੇ ਤਾਂ ਮੈਂ ਦੇ ਦੂੰ ਤੂੰ ਪੜ੍ਹ ਸਹੀ ਹਰਬੰਸ ਸਰ ਤੇ ਪ੍ਰਿਆੰਕਾ ਮੈਮ ਦੇ ਵਤੀਰੇ ਕਾਰਨ ਤਾਂ ਪੜਨ ਵਿੱਚ ਮੇਰੀ ਰੁਚੀ ਮਰਮੁਖੀ ਚੱਲੀ ਸੀ ਵਿਸ਼ਾਲ ਸਰਨੀ 부ਜਰੇ ਦੀਵੇ ਵਿੱਚ ਉਤਸ਼ਾਹ ਦਾ ਤੇਲ ਪਾਉਂਦੇ ਆਖਿਆ ਸੀ ਇਹ ਨਾ ਕਿਸੇ ਦਾ ਗੁਣ ਹੈ ਨਾ ਹੀ ਦੋਸ਼ ਕਿਸੇ ਦਾ ਕਾਲਾ ਜਾਂ ਗੋਰਾ ਘੱਟ ਜਾਂ ਵੱਧ ਬੁੱਧੀਮਾਨ ਹੋਣਾ ਵਿਰਾਸਤ ਵਿੱਚ ਮਿਲੇ ਜੀਨਸ ਤੇ ਡਿਪੈਂਡ ਕਰਦਾ ਹੈ ਤੁਹਾਡੀ ਕਾਬਲੀਅਤ ਜਾਂ ਪ੍ਰਾਪਤੀ ਇਸ ਗੱਲ ਵਿੱਚ ਹੈ ਕਿ ਤੁਸੀਂ ਇਹਨਾਂ ਨੂੰ ਕਿਵੇਂ ਵਰਤਦੇ ਹੋ ਪਹਿਲੇ ਪਹਿਲ ਸੋਚਦੀ ਕਿਤਾਬੀ ਗੱਲਾਂ ਹੀ ਕਰਦੇ ਨੇ ਸਰ ਵੀ ਗੋਰਾ ਰੰਗ ਆਪਣੇ ਆਪ ਵਿੱਚ ਹੀ ਕਾਬਲੀਅਤ ਹੁੰਦਾ ਸੋ ਹੱਪਣ ਖੁਦ ਬਖੌਦੀ ਇੱਕ ਸਰਟੀਫਿਕੇਟ ਹੈ ਇਸੇ ਲਈ ਤਾਂ ਰਿਤਕਾ ਤੇ ਮਨਾਕਸ਼ੀ ਸਕੂਲ ਦੇ ਹਰੇਕ ਫੰਕਸ਼ਨ ਚ ਸਟੇਜ ਉੱਤੇ ਮੂਰੇ ਹੁੰਦੀਆਂ ਵਧੀਆ ਨੱਚਣ ਤੇ ਬੋਲਣ ਦੇ باوجود ਵੀ ਮੈਨੂੰ ਨਾ ਤਾਂ ਕਦੇ ਗਿੱਧੇ ਚਲਾਇਆ ਜਾਂਦਾ ਤੇ ਨਾ ਹੀ ਸਟੇਜ ਸੈਕਟਰੀ ਸਲਾਨਾ ਸਮਾਰੋਹ ਵਾਲੇ ਦਿਨ ਜਦ ਮੁੰਡਿਆਂ ਨੇ ਮਲਵਾਈ ਗਿੱਧੇ ਵਿੱਚ ਬੋਲੀ ਪਾਈ ਇਹ ਤਾਂ ਇਹ ਤਾਂ ਇਹ ਬਾਬਿਆਂ ਦੀ ਬੱਕਰੀ ਦੇ ਦੁੱਧ ਦਾ ਪਨੀਰ ਨਿਤ ਨਿਰਨੇ ਕਾ ਜੇ ਖਾਈਏ ਬਈ ਜੇ ਕਿਧਰੇ ਰੰਗ ਕਾਲਾ ਪੈ ਜੇ ਮੋਗਿਓ ਕਲੀ ਕਰਾਈਏ ਨੁਸਖਾ ਮੈਂ ਦੱਸਦਾ ਸੁਣ ਵਡਿਏ ਪਰਜਾਈਏ ਸਾਰੇ ਮੁੰਡੇ ਕੁੜੀਆਂ ਉੱਚੀ ਉੱਚੀ ਚੀਕਾਂ ਕੋਕਾਂ ਤੇ ਤਾੜੀਆਂ ਮਾਰਨ ਲੱਗੇ ਮੈਂ ਸਭ ਤੋਂ ਨਜ਼ਰਾਂ ਬਚਾਉਂਦੀ ਸਿਰ ਦੁਖਣ ਦੇ ਬਹਾਨੇ ਦੂਰ ਜਾ ਕੇ ਬੈਠ ਗਈ ਪਤਾ ਨਹੀਂ ਕਿਵੇਂ ਵਿਸ਼ਾਲ ਸਰਨੇ ਮੈਨੂੰ ਪਾਸੇ ਜਾਂਦੀ ਨੂੰ ਵੇਖ ਲਿਆ ਸ਼ਾਇਦ ਉਵੇਂ ਹੀ ਜਿਵੇਂ ਮੈਂ ਪਾਪਾ ਨੂੰ ਮਾਸੀ ਦੇ ਵਿਆਹ ਵੇਲੇ ਓਲੇ ਹੁੰਦੇ ਵੇਖ ਲਿਆ ਸੀ ਜਦੋਂ ਸਾਰੀਆਂ ਮੇਲਣਾ ਮਾਂ ਨੂੰ ਵਿਚਾਲੇ ਖੜਾ ਬੋਲੀ ਪਾਉਂਦੀਆਂ ਨੱਚ ਰਹੀਆਂ ਸਨ ਹੋਰਾਂ ਵਾਰੀ ਸੱਸ ਨੇ ਸੁਨੱਖੇ ਮੁੰਡੇ ਜੰਮਤੇ ਮੇਰੇ ਲਈ ਤਾਂ ਜੰਮ ਦਿੱਤਾ ਕਾਲਾ ਮੇਰੀ ਸੱਸ ਨੇ ਐਥੇ ਕਰ ਦਿੱਤਾ ਕਾਲਾ ਮਾळा ਮੇਰੀ ਸੱਸ ਨੇ ਰਾਜਨੀਤੀ ਵਾਲੇ ਪ੍ਰਿਯੰਕਾ मैम ਤਾਂ ਮੈਨੂੰ ਤੇ ਰੀਨਾ ਨੂੰ ਚਾਹ ਵਾਲੇ ਕੱਪ ਤੋਂ ਨਹੀਂ ਲਈ ਰੱਖਦੇ ਇਹ ਸੈਰਸਲਾ ਉਦੋਂ ਮੰਨਦਾ ਪਿਆ ਜਦੋਂ ਮੇਰੀ ਬਣਾਈ ਤਸਵੀਰ ਪਹਿਲੀ ਵਾਰ ਅਖਬਾਰ ਵਿੱਚ ਛਪੀ ਉਸ ਮੰਗਰੋਂ ਮੈਂ ਵਿਸ਼ਾਲ ਸਰ ਦੀ ਹੱਲਾਸ਼ੇਰੀ ਨਾਲ ਪੇਂਟਿੰਗ ਮੁਕਾਬਲੇ ਵਿੱਚੋਂ ਜ਼ਿਲੇਪਰ ਵਿੱਚ ਅੱਭਲਾ ਗਈ ਉਹ ਤਸਵੀਰ ਮੈਂ ਅੱਜ ਵੀ ਸੰਭ ਕੇ ਰੱਖੀ ਹੈ ਅੱਧੇ ਸੰਗਲੇ ਤੇ ਅੱਧੇ ਗੋਰੇ ਚਿਹਰੇ ਵਾਲੀ ਲੜਕੀ ਦਾ ਪੈਨਸਲ ਸਕੈਚ ਪੂਰਬ ਤੇ ਪੱਛਮ ਦਾ ਸੁਮੇਲ ਵਿਸ਼ਾਲ ਸਰ ਨੂੰ ਮਿਲਣ ਵਾਲਾ ਪਹਿਲਾ ਦਿਨ ਮੈਨੂੰ ਅੱਜ ਵੀ ਯਾਦ ਹੈ ਕਮਨ ਆਜੋ ਆਜੋ ਮੈਂ ਤੁਹਾਡੀ ਵੇਟ ਕਰ ਰਿਆ ਸੀ ਸਰ ਨੇ ਲਾਇਬ੍ਰੇਰੀ ਅੰਦਰ ਆਉਣ ਦੀ ਇਜਾਜ਼ਤ ਦਿੱਤੀ ਸੌਰੀ ਸਰ ਅੱਗੇ ਤੋਂ ਨਹੀਂ ਬਣਾਦੀ ਉਸ ਦਿਨ ਪ੍ਰੇੰਕਾ मैम ਨੇ ਵੀ ਬਹੁਤ ਝਟਕਿਆ ਸੀ ਪਲੀਜ਼ ਸਰ ਪਾਪਾ ਨੂੰ ਨਾ ਦੱਸਣਾ ਉਹ ਗੁੱਸੇ ਹੋਣਗੇ ਤੁਸੀਂ ਕਹੋ ਤਾਂ ਮੈਂ ਹੁਣੇ ਹੀ ਸਾਰੀਆਂ ਤਸਵੀਰਾਂ ਪਾੜ ਦਿੰਦੀਆਂ ਕੀ ਤਸਵੀਰਾਂ ਪਾੜਨ ਨਾਲ ਤੇਰੇ ਅੰਦਰਲਾ ਕਲਾਕਾਰ ਮਰ ਜਾਉ ਨਹੀਂ ਨਾ ਉਹ ਕਦੇ ਮਰਨਾ ਵੀ ਨਹੀਂ ਚਾਹੀਦਾ ਹਰ ਬੰਦੇ ਅੰਦਰ ਇੱਕ ਹੁਨਰ ਹੁੰਦਾ ਔਸ ਦੀ ਪਹਿਚਾਨ ਕਰਨੀ ਪੈਂਦੀ ਹੈ ਪੂਨਾ ਮੈਨੂੰ ਲਾਇਬ੍ਰੇਰੀ ਲਈ ਖੂਬਸੂਰਤ ਚਿੱਤਰਾਂ ਦੀ ਲੋੜ ਹੈ ਇਹ ਕੰਮ ਸਿਰਫ ਤੂੰ ਹੀ ਕਰ ਸਕਦੀ ਹੈ ਅੱਗੇ ਤੇਰੀ ਮਰਜ਼ੀ ਸ਼ਾਇਦ ਉਹਨਾਂ ਨੇ ਡ੍ਰੈਗ ਬੁੱਕ ਦੇ ਨਾਲ ਨਾਲ ਮੇਰੀ ਅੰਦਰਲੀ ਛੁਪੀ ਪੀੜ ਵੀ ਵੇਖ ਲਈ ਸੀ ਇਹ ਪੀੜ ਤਾਂ ਜਨਮ ਵੇਲੇ ਤੋਂ ਹੀ ਕਿਧਰੇ ਪਈ ਹੋਈ ਸੀ ਇੱਕ ਤਾਂ ਕੁੜੀ ਉਤੋਂ ਵੀ ਕਾਲੀ ਇਹਦੋਂ ਤਾਂ ਨਾ ਹੀ ਜੰਮਦੀ ਬਾਤੀ ਨੇ ਉਹਦੋਂ ਸੁਣਾਤਾ ਸੀ ਮਾਨ ਬਚਪਨ ਚ ਗਲੀ ਵਾਲੇ ਬੱਚੇ ਵੀ ਕਦੇ ਕਦੇ ਨਾਲ ਖੜਾਉਂਦੇ ਜੇ ਖੜਾ ਆ ਵੀ ਲੈਂਦੇ ਤਾਂ ਦਾਈ ਮੇਰੇ ਸਿਰ ਹੀ ਆਉਂਦੀ ਸਾਰੇ ਇੱਕ ਦੂਜੇ ਨੂੰ ਆਵਾਜ਼ ਦਿੰਦੇ ਲੁਕ ਜੋ ਵੀ ਲੁਕ ਜੋ ਛੇਤੀ ਕਾਲੋ ਆ ਗਈ ਕਾਲੋ ਆਂਡਣਾ ਗਵਾਂਡਣਾ ਆਪੋ ਵਿੱਚ ਗੱਲਾਂ ਕਰਦੀਆਂ ਨਿਮੇਸ਼ੇ ਦੀ ਕਾਲੋ ਤਾਂ ਪਿਓ ਤੋਂ ਵੀ ਟੱਪ ਗਈ ਲੱਗਦਾ ਤਵੇ ਨਾਲ ਸ਼ਰਤ ਲਾਈ ਐ ਇਹਨੇ ਜ਼ੀਰੇ ਵਾਲੀ ਨੀਤਾ ਪੋਆ ਨੂੰ ਤਾਂ ਮੈਨੂੰ ਕੁਛੜ ਚੁੱਕਦਿਆਂ ਵੀ ਫਿੱਟ ਚੜਦੀ ਮਨਿੰਦੀਆਂ ਉਹ ਲਾਲਾਂ ਚੱਟਦੀ ਮੈਨੂੰ ਅੰਜੇ ਨੇੜੇ ਵੀ ਨਾ ਲੱਗਣ ਦਿੰਦੀ ਸਕੂਲ ਪੜਨ ਗਈ ਤਾਂ ਕੋਈ ਬੈਂਚ ਉੱਤੇ ਨਾ ਆਣਾ ਬੈਠਦਾ ਪਲੱਸ 1 ਵਿੱਚ ਹੋਈ ਤਾਂ ਨਾਵਾ ਸਕੂਲ ਕੋਆਡ ਸੀ ਹੋਰ ਨਾ ਕੁੜੀਆਂ ਵਾਂਗ ਮੈਨੂੰ ਵੀ ਮੁੰਡਿਆਂ ਵੱਲ ਚੋਰੀ-ਚੋਰੀ ਵੇਖਦਿਆਂ ਖੋਪ ਪੈਂਦੀ ਪਰ ਮੈਨੂੰ ਵੇਖ ਖਬਰੇ ਕਿਸੇ ਮੁੰਡੇ ਦਾ ਦਿਲ ਧੜਕਦਾ ਜਾਂ ਨਾ ਇੱਕ ਲਖਵਿੰਦਰ ਸੀ ਜੋ ਰਾਜਨੀਤੀ ਦੇ ਪੀਰੀਅਡ ਵਿੱਚ ਵੇਲਾ ਬੈਠਾ ਮੇਰੇ ਵੱਲ ਤੱਕਦਾ ਰਹਿੰਦਾ ਕਦੇ-ਕਦਾਈਂ ਸੰਗ ਦਾ ਸੰਗਾਉਂਦਾ ਕਾਪੀ ਮੰਗ ਲੈਂਦਾ ਦਿਲ ਕਰਦਾ ਉਹਨੂੰ ਕਹਾ ਲੇ ਆ ਤੇਰੀਆਂ ਕਾਪੀਆਂ ਵੀ ਮੈਂ ਬਣਾ ਦਿਆਂ ਤੂੰ ਇੱਕ ਹੱਥ ਨਾਲ ਕਿਵੇਂ ਲਿਖਦਾ ਹੋਵੇਂਗਾ ਮਹੀਨੇ ਕੁ ਮਗਰੋਂ ਪਤਾ ਲੱਗਿਆ ਉਹ ਮੇਰੇ ਅਣਖੇ ਅਰਮਾਨ ਅਤੇ ਕਾਪੀ ਦੋਹਾਂ ਨੂੰ ਲੈ ਆਪਣੇ ਪਿੰਡ ਵਾਪਸ ਚਲਾ ਗਿਆ ਪਿਤਾ ਦੀ ਮੌਤ ਮਗਰੋਂ ਉਹਨੂੰ ਆਪਣੀ ਮਾਂ ਦੀ ਸੱਜੀ ਬਾਹ ਬਣਨਾ ਪੈਣਾ ਸੀ ਉਹਦੀ ਖੱਬੀ ਬਾਹ ਤਾਂ 5ਵੀਂ ਜਮਾਤ ਵੇਲੇ ਜ਼ਿੰਮੇਵਾਰਾਂ ਦੇ ਕੰਮ ਕਰਦਿਆਂ ਟੋਕੇ ਜਾ ਕੇ ਵੱਡੀ ਜਾ ਚੁੱਕੀ ਸੀ ਸਾਰੇ ਸਕੂਲ 'ਚ ਮੇਰੀ ਇੱਕੋ ਹੀ ਸੇ ਲੇਸੀ ਰੀਨਾ ਸ਼ਾਇਦ ਇਸ ਲਈ ਕਿਉਂਕਿ ਰੱਬ ਨੇ ਉਹਦਾ ਚਿਹਰਾ ਬਣਾਉਂਦੇ ਵਕਤ ਮੇਰੇ ਰੰਗ ਤੋਂ ਥੋੜੇ ਹੀ ਹਲਕੇ ਰੰਗ ਚੁਣੇ ਸੀ ਸਕੂਲ 'ਚ ਮੈਨੂੰ ਕੋਕਾ ਕੋਲਾ ਕਾਲੀ ਮਿਰਚ ਕਾਲੀ ਮਾਤਾ ਤੇ ਹੋਰ ਕਿੰਨੇ ਵਿਸ਼ੇਸ਼ਣਾ ਨਾਲ ਨਵਾਜਿਆ ਜਾਂਦਾ ਸੇਤ ਤੇ ਸਰੀਰਕ ਸਿੱਖਿਆ ਵਾਲੇ ਹਰਵੰਸਰ ਇੱਕ ਦਿਨ ਚਮੜੀ ਬਾਰੇ ਪੜ੍ਹਾਉਂਦਿਆਂ ਮੇਰੇ ਵੱਲ ਵੇਖ ਕੇ ਖਚਰਾ ਜਿਹਾ ਹਾਸਾ ਹੱਸਦਿਆਂ ਸਮਝਾਉਣ ਲੱਗੇ ਬੱਚਿਓ ਸਾਡੇ ਵਾਲਾਂ ਅੱਖਾਂ ਤੇ ਚਮੜੀ ਦਾ ਗੋਰਾ ਕਾਲਾ ਰੰਗ ਸਾਡੇ ਅੰਦਰਲੇ ਤਰਲ ਪਦਾਰਥ ਮੈਲਾਨਿਨ ਦੀ ਮਾਤਰਾ ਤੇ ਨਿਰਭਰ ਕਰਦਾ ਹੈ ਜਿੰਨਾ ਇਹ ਵੱਧ ਹੁੰਦਾ ਓਨਾ ਹੀ ਕੋਈ ਵੱਧ ਕਾਲਾ ਹੁੰਦਾ ਉਸ ਮਗਰੋਂ ਉਹਨਾਂ ਸਮੇਤ ਬਹੁਤੇ ਵਿਦਿਆਰਥੀਆਂ ਨੇ ਵੀ ਮੇਰਾ ਇਹੀ ਨਾਮ ਰੱਖ ਦਿੱਤਾ ਪੂਨਮ ਤਾਂ ਮੈਨੂੰ ਪਹਿਲਾਂ ਹੀ ਵਿਰੋਧੀ ਸ਼ਬਦ ਵਾਂਗ ਲੱਗਦਾ ਸੀ ਹੁਣ ਇਹ ਸਮਾਨਾਰਥਕ ਉਸ ਤੋਂ ਵੀ ਸਕੂਲ ਵਿੱਚ ਕਦੇ ਕਿਤੇ ਮਨ ਲੱਗਦਾ ਤਬ ਉਸ ਅੰਗਰੇਜ਼ੀ ਦੇ ਪੀਰੀਅਡ ਜਾਂ ਫਿਰ ਲਾਇਬ੍ਰੇਰੀ ਅੰਦਰ ਉਹ ਦਿਨ ਕਮਾਲ ਦਾ ਸੀ ਜਿੱਦਣ ਵਿਸ਼ਾਲ ਸਰ ਨੇ ਜਮਾਤ ਵਿੱਚ ਵਿਲੀਅਮ ਬਲੇਕ ਦੀ ਪੋਇਮ ਦਾ ਲਿਟਲ ਬਲੈਕ ਬாய் ਪੜ੍ਹੀ ਸੀ ਸਾਰੀ ਜਮਾਤ ਅੰਦਰ ਗੰਭੀਰ ਚੁੱਪ ਸਮਾਂ ਜਿਵੇਂ ਖੁਦ ਸਰ ਦੇ ਬੋਲ ਸੁਣਨ ਲਈ ਆ ਕੇ ਡੈਸਕ ਤੇ ਬੈਠ ਗਿਆ ਹੋਵੇ ਉਸ ਦਿਨ ਲੱਗਿਆ ਇਹ ਧਰਤੀ ਮੇਰੇ ਲਈ ਵੀ ਹੈ ਇਹ ਗੋਰੇ ਰੰਗ ਦੀਆਂ ਕੁੜੀਆਂ ਵੀ ਮੇਰੇ ਵਰਗੀਆਂ ਹੀ ਨੇ ਅਜੇ ਵੀ ਸਾਰੇ ਦਾ ਸਾਰਾ ਦ੍ਰਿਸ਼ ਮੇਰੀਆਂ ਨਜ਼ਰਾਂ ਸਾਹਮਣੇ ਹੈ and i am black but my soul is white white as an angel is the english child ਕਾਲੇ ਲੜਕੇ ਦੀ ਮਾਂ ਨੇ ਉਸ ਨੂੰ ਗੋਦ ਚ ਲੈ ਦੂਰ ਪੂਰਬ ਵੱਲ ਇਸ਼ਾਰਾ ਕਰਦੀ ਅੱਖਾਂ ਓ ਦੇਖ ਰੱਬ ਉੱਥੇ ਰਹਿੰਦਾ ਬੱਦਲਾਂ ਤੋਂ ਪਾਰ ਸਭ ਨੂੰ ਇੱਕੋ ਜਿੰਨੀ ਧੁੱਪ ਤੇ ਛਾਂ ਬਖਸ਼ਦਾ ਵੰਡੀਆਂ ਤਾਂ ਅਸੀਂ ਪਾਈਆਂ ਨਹੀਂ ਜਿਸ ਦਿਨ ਪਿੰਡਿਆਂ ਦੇ ਬੱਦਲਾਂ ਦਾ ਭਰਮ ਛੱਟ ਜਾਏਗਾ ਉਸ ਦਿਨ ਤੂੰ ਵੀ ਗੋਰੇ ਮੁੰਡੇ ਨਾਲ ਖੇਡ ਸਕੇਗਾ ਉਸਦੇ ਵਾਲਾਂ ਵਿੱਚ ਹੱਥ ਫੇਰ ਸਕੇਗਾ ਪਲੱਸ 2 ਕਰਨ ਮਗਰੋਂ ਮੈਂ ਸਰ ਦੇ ਕਹਿਣ ਤੇ ਮੁੱਗੇ ਦੀ ਇੱਕ ਸੰਸਥਾ ਰਾਹੀਂ ਆਰਟ ਐਂਡ ਕ્રાਫਟ ਦਾ ਡਿਪਲੋਮਾ ਕਰ ਲਿਆ ਨੌਕਰੀ ਕਿੱਥੋਂ ਮਿਲਣੀ ਸੀ ਸਕੂਲਾਂ ਵਿੱਚ ਤਾਂ ਡ੍ਰੈਂਗ ਦਾ ਵਿਸ਼ਾ ਲਗਭਗ ਆਖਰੀ ਸਾਂਹ ਉੱਤੇ ਸੀ ਕਦੇ ਸੋਚਦੀ ਪਤਾ ਨਹੀਂ ਵਿਸ਼ਾਲ ਸਰ ਨੇ ਮੇਰੇ ਅੰਦਰ ਲਾ ਕਿਹੜਾ ਕੀੜਾ ਵੇਖ ਮੈਨੂੰ ਇਸ ਕੋਰਸ ਦੀ ਸਲਾਹ ਦਿੱਤੀ ਸੀ ਮੈਨੂੰ ਤਾਂ ਇੰਨਾ ਯਾਦ ਹੈ ਬਚਪਨ ਵਿੱਚ ਜਦੋਂ ਕੋਈ ਨਾਲ ਨਾਲ ਖੜਾਉਂਦਾ ਤਾਂ ਮਿੱਟੀ ਉੱਤੇ ਉਂਗਲਾਂ ਨਾਲ ਤਸਵੀਰਾਂ ਵਾਹੀ ਜਾਂਦੀ ਫਿਰ ਸਕੂਲ ਵਿੱਚ ਵੀ ਪਿੱਛੇ ਬੈਠਿਆਂ ਕਰਦੇ ਕਰਾਉਂਦੇ ਜ਼ਿੰਦਗੀ ਦੇ 21ਵੇਂ ਸਾਲ ਦਾ ਚੰਨ ਵੀ ਨਿਕਲ ਆਇਆ ਕਰਦੇ ਰਿਸ਼ਤੇ ਬਾਰੇ ਸੋਚਣ ਲੱਗੇ ਮੈਂ ਭੁੱਲ ਗਈ ਸਾਂ ਮੈਂ ਪੂਨਮ ਦਾ ਨਹੀਂ ਚੌਥ ਦਾ ਚੰਦ ਹਾਂ ਮੱਥੇ ਕੌਣ ਲੱਗਦਾ ਇੱਕ ਦੋ ਵਾਰ ਲੱਗਾ ਗੱਲ ਬਣ ਜਾਊ ਪਰ ਕਿੱਥੇ ਮੁੰਡਾ ਭਾਵੇਂ ਰਿੱਠਾ ਹੀ ਕਿਉਂ ਨਾ ਹੋਵੇ ਕੁੜੀ ਤਾਂ ਮਿਸ਼ਰੀ ਹੋਣੀ ਚਾਹੀਦੀ ਆ ਮੈਨੂੰ ਵੇਖਣ ਆਲੇ ਆਉਂਦੇ ਤਾਂ ਮੰਮੀ ਉਸ ਦਿਨ ਮਨੀ ਨੂੰ ਕਿਸੇ ਸੇਲੀ ਜਾਂ ਰਿਸ਼ਤੇਦਾਰ ਦੇ ਘਰ ਪੇਛ ਦਿੰਦੀ ਮੈਂ ਸੋਚਦੀ ਇਦਾਂ ਕਿਉਂ ਇਸ ਗੱਲ ਦੀ ਸਮਝ ਮੈਨੂੰ ਉਦੋਂ ਆਈ ਜਿੱਦਣ ਉਹਦਾ ਚਾਹ ਫੜਾਉਣ ਆਈ ਦਾ ਚੁੰਨੀ ਚੜਾਵਾ ਹੋ ਗਿਆ ਮਨੀ ਸਨੀ ਦੀ ਹੋ ਗਈ ਉਹ ਲੁਧਿਆਣੇ ਰੈਡੀਮੇਡ ਕੱਪੜੇ ਦੀ ਦੁਕਾਨ ਕਰਦਾ ਸੀ 3 ਸਾਲ ਬੀਤ ਗਏ ਮਨੀ ਦੇ ਘਰ ਲਾਡਲਾ ਨਿੱਤਨ ਖੇਡਣ ਲੱਗ ਪਿਆ ਮੰਮੀ ਪਾਪਾ ਦੀ ਚਿੰਤਾ ਹੋਰ ਵਧਣ ਲੱਗੀ ਮੇਰਾ ਬਲੱਡ ਪ੍ਰੈਸ਼ਰ ਵੀ ਲੋ ਰਹਿਣ ਲੱਗਾ ਭਾਰ ਘਟਣਾ ਸ਼ੁਰੂ ਹੋ ਗਿਆ ਬਿਮਾਰੀ ਮੈਨੂੰ ਸੀ ਪਰ ਰੋਕੀ ਸਾਰੇ ਹੁੰਦੇ ਜਾ ਰਹੇ ਸੀ ਇੱਕ ਦਿਨ ਪਾਪਾ ਨਾਲ ਸਵੇਰੇ ਅਖਬਾਰ ਛਾਂਟਣ ਲੱਗਿਆਂ ਮੇਰੀ ਨਿਗਾ ਅਖਬਾਰ ਵਿਚਲੇ ਇੱਕ ਇਸ਼ਤਿਹਾਰ ਤੇ ਪਈ ਆਰਟ ਐਂਡ ਕ્રાਫਟ ਟੀਚਰ ਦੀ ਲੋੜ ਤਨਖਾਹ ਯੋਗਤਾ ਅਨਸਾਰ ਇੰਟਰਵਿਊ ਲਈ ਪਤਾ ਟੈਗੋਰ ਪਬਲਿਕ ਸਕੂਲ ਸੈਕਟਰ 19 ਚੰਡੀਗੜ੍ਹ ਚੰਡੀਗੜ੍ਹ ਵਰਗੇ ਸੋਹਣੇ ਸ਼ਹਿਰ ਦੀ ਤਮੰਨਾ ਵਸ ਮੈਂ ਨੌਕਰੀ ਕਰਨ ਦਾ ਮਨ ਬਣਾ ਲਿਆ ਥੋੜੀ ਨਾ ਨੁੱਕਰ ਬਾਦ ਮਮੀ ਪਾਪਾ ਵੀ ਮੰਨ ਗਏ ਖਬਰੇ ਸੋਚਦੇ ਹੋਣ ਨੌਕਰੀ ਕਰਕੇ ਹੀ ਕੋਈ ਰਿਸ਼ਤਾ ਹੋ ਸਕਦਾ ਹਵਾ ਪਾਣੀ ਬਦਲ ਨਾਲ ਠੀਕ ਹੀ ਹੋ ਜਾਵਾ ਮੈਂ ਆਪਣਾ ਤਰਕ ਦਿੱਤਾ ਚੰਡੀ ਖੜਾ ਕੇ ਪੀਜੀ ਲੈ ਲਿਆ ਕੱਲੀ ਦਾ ਜੀ ਕਿੱਥੇ ਲੱਗਣਾ ਸੀ ਸ਼ਾਮ ਨੂੰ ਇੱਧਰ ਉੱਧਰ ਘੁੰਮਣ ਨਿਕਲ ਪੈਂਦੀ ਕਿਹੜਾ ਕੋਈ ਜਾਣਦਾ ਸੀ ਵੇ ਸੇ ਵੀ ਇੱਥੇ ਮੁੰਡੇ ਕੁੜੀਆਂ ਦੇਰ ਰਾਤ ਤੱਕ ਟਹਿਲਦੀ ਲੈਂਦੀ ਪਿੰਡਾਂ ਕਸਬਿਆਂ ਵਾਲਿਆਂ ਦੇ ਮਨ ਅੰਦਰ ਚੰਡੀਗੜ੍ਹ ਵੇਖਣ ਦੀ ਰੀਤ ਤਾਂ ਬੁੱਢੋਂ ਹੀ ਹੁੰਦੀ ਐ ਮੈਂ ਵੀ ਇਹੀ ਰੀਤ ਪੂਰੀ ਕਰਨ ਲਈ ਸਕੂਲੋਂ ਆ ਕਦੇ ਰੋਜ਼ ਤੇ ਕਦੇ ਰੌਕ ਗਾਰਡਨ ਵੱਲ ਹੋ ਤੁਰਦੀ ਕਦੇ ਬਾਈ ਸੈਕਟਰ ਤੇ ਕਦੇ ਸੁਖਨਾ ਲੇਕਲੇ ਨਿਕਲ ਜਾਂਦੀ ਝੀਲ ਕਿਨਾਰੇ ਸਕੈਚ ਤੇ ਟੈਟੂ ਬਣਾਉਂਦੇ ਜਵਾਨ ਕਲਾਕਾਰਾਂ ਨੂੰ ਵੇਖ ਮਨ ਅੰਦਰ ਟੈਟੂ ਬਣਾਉਣ ਦੀ ਰੀਤ ਉੱਠਦੀ ਸਕੈਚ ਉੱਤੇ ਤਾਂ ਹੱਥ ਅਜਮਾ ਲੈਂਦੀ ਟੈਟੂ ਸਿੱਖਣ ਲਈ ਕਾਰਟਸ ਲਰਨਿੰਗ ਸੈਂਟਰ ਵਿੱਚ ਸ਼ਾਮ ਦੀਆਂ ਕਲਾਸਾਂ ਸ਼ੁਰੂ ਕਰ ਲਿਆ। ਇੱਥੇ ਮੇਰੀ ਮੁਲਾਕਾਤ ਜੁਨੀਵਰਸਿਟੀ ਵਿੱਚ ਜਰਨਲਿਜ਼ਮ ਦਾ ਕੋਰਸ ਕਰ ਰਹੀ ਮੌਲੀ ਨਾਲ ਹੋਈ। ਉਸ ਨੂੰ ਸਕੈਚ ਬਣਾਉਣ ਦਾ ਸ਼ੌਂਕ ਸੀ। ਰੀਨਾ ਤੋਂ ਬਾਅਦ ਪਹਿਲੀ ਵਾਰ ਕਿਸੇ ਲੜਕੀ ਨਾਲ ਦੋਸਤੀ ਦੇ ਰੰਗ ਉੱਭਰਦੇ ਮਹਿਸੂਸ ਹੋਏ। ਸ਼ਾਮ ਨੂੰ ਅਸੀਂ ਦੋਵੇਂ ਟੈਟੂ ਤੇ ਸਕੈਚ ਸਖਲਾਈ ਦੀਆਂ ਪਾਰਟ ਟਾਈਮ ਕਲਾਸਾਂ ਲਾਉਂਦੀਆਂ। ਉਸ ਸਮੇਂ ਅਸੀਂ ਇਕੱਠੀਆਂ ਘੁੰਮਣ ਜਾਂਦੀਆਂ। ਦੈਨ ਮਿੰਨੇ ਦਾ ਕੋਰਸ ਪੂਰਾ ਕਰਨ ਉਪਰੰਤ ਅਸੀਂ ਹਰੇਕ ਸ਼ਨੀਵਾਰ ਸ਼ਾਮ ਨੂੰ ਸੁਖਣਾ ਚੀਲਤੇ ਜਾਂ ਯਾਤਰੀਆਂ ਦੇ ਟੈਟੂ ਤੇ ਸਕੈਚ ਬਣਾਉਣ ਦਾ ਫੈਸਲਾ ਕੀਤਾ ਇਸ ਨਾਲ ਸ਼ੌਕ ਪੂਰੇ ਕਰਨ ਲਈ ਹੱਥ ਸਕਲਾ ਹੋਣ ਦੀ ਸੰਭਾਵਨਾ ਸੀ ਨਾਲੇ ਪ੍ਰਾਈਵੇਟ ਨੌਕਰੀ ਦਾ ਕਿਹੜਾ ਪਤਾ ਹੁੰਦਾ ਚਾਹ ਵੀ ਚਲੀ ਮੱਖੀ ਵਾਂਗ ਕਦੋਂ ਪ੍ਰਿੰਸੀਪਲ ਦਾ ਬਤੀਰਾ ਵੀ ਤਾਂ ਜ਼ੀਰੇ ਵਾਲੀ ਭੂਆ ਵਰਗਾ ਹੀ ਸੀ ਮੇਰੇ ਵਰਗੀਆਂ ਦੇ ਨੁਕਸਤਾ ਉਸ ਨੂੰ ਬਿਨਾਂ ਅੰਕਤੋਂ ਹੀ ਦਿਸ ਜਾਂਦੀ ਮਨੀ ਵਰਗੀਆਂ ਗੋਰੀਆਂ ਚਿੱਟੀਆਂ ਦੀਆਂ ਉਹ ਮੌਲੀ ਖੁੱਲੇ ਡੁੱਲੇ ਵਿਚਾਰਾਂ ਵਾਲੀ ਸੀ ਉਹ ਸਮੁੰਦਰੀ ਪਰੀ ਅੱਗੇ ਮੈਂ ਖੁਦ ਡੱਡੂ ਜਾਪਦੀ ਜਦ ਕਦੇ ਮੈਂ ਉਸ ਨੂੰ ਆਪਣੀ ਹੀਣ ਭਾਵਨਾ ਬਾਰੇ ਦੱਸਦੀ ਤਾਂ ਉਹ ਆਖਦੀ ਦੁਨੀਆਂ ਦੀ ਫਿਕਰ ਨਾ ਕਰ ਪਹਿਲਾਂ ਆਪਣੇ ਆਪ ਨੂੰ ਪਿਆਰ ਕਰਨਾ ਸਿੱਖ ਇੱਥੇ ਕੋਈ ਸੰਪੂਰਨ ਨਹੀਂ ਜਿੱਥੋਂ ਤੱਕ ਮੁਹੱਬਤ ਦੀ ਗੱਲ ਹੈ ਹਰ ਕੁੜੀ ਦੀ ਜ਼ਿੰਦਗੀ ਵਿੱਚ ਕੋਈ ਇੱਕ ਨਾ ਇੱਕ ਜ਼ਰੂਰ ਆਉਂਦਾ ਹੈ ਜਿਸ ਦਾ ਸਕੈਚੋ ਆਪਣੀਆਂ ਅੱਖਾਂ ਵਿੱਚ ਬਣਾਉਂਦੀ ਹੈ ਇਦਾਂ ਹੀ ਹਰੇਕ ਮੁੰਡੇ ਦੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਕੁੜੀ ਜ਼ਰੂਰ ਆਉਂਦੀ ਹੈ ਜਿਸ ਦੇ ਨਾਮ ਦਾ ਟੈਟੂ ਆਪਣੀ ਬਾਹ ਤੇ ਖਣਵਾਉਂਦਾ ਹੈ ਇਹ ਕਦੋਂ ਵਾਪਰੇ ਕਿਸ ਨੂੰ ਪਤਾ ਨਹੀਂ ਉਸ ਦੀਆਂ ਇਹ ਗੱਲਾਂ ਮੇਰੇ ਜ਼ਿਹਨ ਦੇ ਕੈਨਵਸ ਤੇ ਪਲੱਸ 1 ਵਾਲੇ ਲਖਵਿੰਦਰ ਦੇ ਚਿਹਰੇ ਨੇ ਧੁੰਦਲਾ ਜਿਹਾ ਆਕਾਰ ਲਿਆ ਜਿਸ ਦੇ ਸਕਾਰ ਹੋਣ ਤੋਂ ਪਹਿਲਾਂ ਹੀ ਰੰਗਾਂ ਵਾਲੀ ਪਲੇਟ ਅਚਾਨਕ ਮੇਰੇ ਹੱਥੋਂ ਡਿੱਗ ਗਈ ਡੁੱਲੇ ਹੋਏ ਗੂੜੇ ਰੰਗਾਂ ਹੇਠ ਉਹ ਕਿਧਰੇ ਅਲੋਪ ਹੋ ਗਏ ਮੈਕ ਸਰੀ ਸ਼ਾਮ ਨੂੰ ਮੌਲੀ ਕੋਲ ਯੂਨੀਵਰਸਿਟੀ ਜਾਣ ਲੱਗੀ। ਉਸ ਦੇ ਹੋਰ ਵੀ ਦੋਸਤ ਸਨ। ਕੋਈ ਕੇਰਲ, ਕੋਈ ਕਸ਼ਮੀਰ, ਕੋਈ ਮਿਆਂਮਾਰ ਤੇ ਕੋਈ ਅਸਾਮ ਤੋਂ। ਸਾਰੇ ਜਾਤ, ਧਰਮ, ਲਿੰਗ ਤੇ ਨਸਲ ਦੇ ਰੰਗਾਂ ਤੋਂ ਮੁਕਤ। ਨਜ਼ੀਰ ਤੇ ਜਵੇਦ ਰੱਜ ਕੇ ਗੋਰੀ। ਪੈਂਗ, ਨਬਾ ਤੇ ਪ੍ਰਾਂਜਲ, ਚੁੰਨੀਆਂ ਅੱਖਾਂ ਵਾਲੀ। ਮੌਲੀ ਤੇ ਰਾਗਵੰਦ ਮੇਰੇ ਵਰਗੇ। ਅਸੀਂ ਸਾਰੇ ਇਕੱਠੇ ਖਾਂਦੇ ਪੀਂਦੇ, ਹੱਸਦੇ ਖੇਡਦੇ। ਇੱਕ ਦਿਨ ਮੈਂ ਉਹਨਾਂ ਨੂੰ ਹਰਵੰਸਰ ਤੇ ਮੇਰੇ ਪਾਏ ਨਾਮ ਬਾਰੇ ਦੱਸਿਆ ਉਹ ਸਾਰੇ ਉੱਚੀ ਦੇਣੇ ਖਿੜਖੜਾ ਕੇ ਹੱਸੇ ਹੁਣ ਅਸੀਂ ਸਾਰੇ ਤੈਨੂੰ ਇਸੇ ਨਾਮ ਨਾਲ ਹੀ ਬੁਲਾਇਆ ਕਰਾਂਗੇ ਨਜ਼ੀਰ ਹੱਸਦਾ ਹੱਸਦਾ ਬੋਲਿਆ ਫੇਰ ਉਹ ਸਾਰੇ ਮੈਨੂੰ ਉਸੇ ਨਾਮ ਨਾਲ ਬੁਲਾਉਣ ਲੱਗੇ ਮੈਨੂੰ ਪਤਾ ਨਹੀਂ ਕਿਉਂ ਉਹਨਾਂ ਦੇ ਮੂੰਹੋਂ ਇਹੋ ਨਾਮ ਚੰਗਾ ਵੀ ਲੱਗਣ ਲੱਗ ਪਿਆ ਨਜ਼ੀਰ ਜਵੇਦ ਪ੍ਰਾਂਜਲ ਨਵਾਬ ਪੈਂਗ ਰਾਗਵੰਤ ਤੇ ਮੌਲੀ ਕਿੰਨੇ ਲੋਕ ਆ ਚੁੱਕੇ ਸਨ ਮੇਰੀ ਜ਼ਿੰਦਗੀ ਵਿੱਚ ਮੇਰੇ ਆਪਣੇ 6 ਮਹੀਨੇ ਕਿਵੇਂ ਬੀਤ ਗਏ ਪਤਾ ਹੀ ਨਾ ਚੱਲਿਆ ਮੈਂ ਪੀਜੀ ਦੀ ਥਾਂ ਸਿੰਗਲ ਰੂਮ ਸੈੱਟ ਕਰਾਏ ਤੇ ਲੈ ਲਿਆ ਘਰ ਤਾਂ ਭੁੱਲਣ ਹੀ ਲੱਗਾ ਸੀ ਫੋਨ ਉੱਤੇ ਗੱਲ ਜ਼ਰੂਰ ਹੁੰਦੀ ਮੌਲੀ ਕਦੇ-ਕਦੇ ਰਾਤ ਨੂੰ ਮੇਰੇ ਕੋਲ ਰੁਕ ਜਾਂਦੀ ਫੇਰ ਇੱਕ ਦਿਨ ਅਚਾਨਕ ਸਾਡੇ ਹਾਸਿਆਂ ਦੀ ਤਸਵੀਰ ਨੂੰ ਪਤਾ ਨਹੀਂ ਕਿਸ ਦੀ ਬੁਰੀ ਨਜ਼ਰ ਨੇ ਡੰਗਣਾ ਸ਼ੁਰੂ ਕਰ ਦਿੱਤਾ ਪੈਂਗ ਜਿਸ ਨੂੰ ਅਸੀਂ ਉਹਦੇ ਮੁਲਕ ਕਾਰਨ ਰੰਗੂਨੀ ਆਖਦੇ ਸੀ ਦੇ ਚਿਹਰੇ ਉੱਤੇ ਹਲਕੀ-ਹਲਕੀ ਸੋਚ ਆਉਣ ਲੱਗੀ ਖਾਣਾ ਪੀਣਾ ਘਟਣ ਤੇ ਬੀਪੀ ਵਧਣ ਲੱਗਾ। ਇਧਰੋਂ ਉਧਰੋਂ ਦਵਾਈ ਚਲਦੀ, ਕਦੇ ਠੀਕ ਹੋ ਜਾਂਦਾ, ਕਦੇ ਨਾ। ਇੱਕ ਦਿਨ ਅਚਾਨਕ ਉਸ ਦਾ ਚਿਹਰਾ ਤੇ ਪੈਰ ਸੁੱਜ ਕੇ ਝੋਗੜੇ ਹੋ ਗਏ। ਬੀਪੀ ਵਧਣ ਕਾਰਨ ਉਹ ਨੀਂਬੇਹੋਸ਼ੀ ਹਾਲਤ ਵਿੱਚ ਚਲਾ ਗਿਆ। ਪ੍ਰਾਂਜਲ ਤੇ ਨਜ਼ੀਰ ਉਸ ਨੂੰ ਹਸਪਤਾਲ ਲੈ ਗਈ। ਇਸ ਦੀਆਂ ਦੋਨੋਂ ਕਿਡਨੀਆਂ ਡੈਮੇਜ ਹੋ ਚੁੱਕੀਆਂ ਨੇ। ਇੱਕ ਕਿਡਨੀ ਬਦਲ ਕੇ ਕੰਮ ਚੱਲ ਸਕਦਾ ਹੈ। ਬਟ ਕੋਈ ਕਿਡਨੀ ਡੋਨੇਟ ਕਰਨ ਵਾਲਾ ਹੋਣਾ ਚਾਹੀਦਾ। ਉਹ ਵੀ ਇਸ ਦਾ ਆਪਣਾ ਡਾਕਟਰ ਦੇ ਸ਼ਬਦਾਂ ਨੇ ਸਾਡੇ ਪੈਰਾਂ ਹੇਠੋਂ ਜ਼ਮੀਨ ਕੱਢ ਦਿੱਤੀ। ਮੈਨੂੰ ਉਸੇ ਦਿਨ ਪਤਾ ਲੱਗਾ ਪੈਂਗ ਦੇ ਮਾਤਾ ਪਿਤਾ ਉਸ ਦੇ ਬਚਪਨ ਵਿੱਚ ਇੱਕ ਹੀ ਹਾਦਸੇ ਵਿੱਚ ਰੱਬ ਨੂੰ ਪਿਆਰੇ ਹੋ ਗਏ ਸਨ। ਉਹਦਾ ਸਾਰਾ ਖਰਚਾ ਔਖਿਆਂ ਸੌਖਿਆਂ ਉਸ ਦੇ ਚਾਚਾ ਚਾਚੀ ਚੁੱਕਦੇ ਨੇ। ਅਸੀਂ ਉਹਨਾਂ ਨੂੰ ਪੈਂਗ ਦੀ ਬਿਮਾਰੀ ਬਾਰੇ ਦੱਸ ਦਿੱਤਾ। ਉਹਨਾਂ ਵਾਸਤੇ ਵੀ ਇੰਨਾ ਮਹਿੰਗਾ ਲਾਜ਼ ਕਰਾਉਣਾ ਕਿਹੜਾ ਸੰਭਵ ਸੀ? ਅਸੀਂ ਸਾਰੇ ਪੈਂਗ ਨੂੰ ਬਚਾਉਣ ਲਈ ਆਪਣੀ ਕਿਡਨੀ ਦੇਣ ਲਈ ਤਿਆਰ ਸੀ। ਪਰ ਬਲੱਡ ਗਰੁੱਪ ਤਾਂ ਮੈਚ ਕਰੇ ਆਪਮੇਂ ਸੇ ਸਿਰਫ ਮਿਸ ਪੂਜਾ ਦਾ ਬਲੱਡ ਗਰੁੱਪ ਇਨਸੇ ਮੈਚ ਕਰਦਾ ਹੈ ਲਵਾਟਰੀ ਰਿਪੋਰਟ ਬੋਲ ਰਹੀ ਸੀ ਹਰ ਕੋਈ ਚਾਹੁੰਦਾ ਸੀ ਬਲੱਡ ਗਰੁੱਪ ਮੈਚ ਕਰ ਜਾਵੇ ਪਰ ਇਹ ਤਾਂ ਵਿਰਾਸਤ ਉੱਤੇ ਨਿਰਭਰ ਕਰਦਾ ਹੈ ਭਾਰਤੀ ਨਿਯਮ 1994 ਅਨਸਾਰ ਕਿਡਨੀ ਖੂਨ ਦੇ ਰਿਸ਼ਤੇਦਾਰੀ ਦੇ ਸਕਦੇ ਨਹੀਂ ਮਤਲਬ ਮਾਤਾ ਪਿਤਾ ਭੈਣ ਭਰਾ ਦਾਦਾ ਦਾਦੀ ਜਾਂ ਪਤੀ ਪਤਨੀ आई रिस्पेक्ट योर फ्रेंडशिप बट सॉरी ਅਸੀਂ ਤੁਹਾਡੀ ਕਿਡਨੀ ਨਹੀਂ ਲੈ ਸਕਦੇ ਡਾਕਟਰ ਸਿੰਘ ਦੇ ਸ਼ਬਦਾਂ ਨੇ ਸਾਨੂੰ ਫੇਰ ਚਿੰਤਾ ਵਿੱਚ ਪਾ ਦਿੱਤਾ ਜ਼ਿੰਦਗੀ ਦੇ ਕੈਨਵਸ ਉੱਤੇ ਕਿਹੋ ਜਿਹੀ ਤਸਵੀਰ ਉੱਭਰ ਰਹੀ ਸੀ ਸਮਝ ਹੀ ਨਹੀਂ ਸੀ ਆ ਰਹੀ ਇਸ ਸਭ ਲਈ ਮੈਨੂੰ ਤੇ ਪੈਂਗ ਨੂੰ ਦੋਹਾਂ ਤੋਂ ਇੱਕ ਹੋਣਾ ਪੈਣਾ ਸੀ ਪਰ ਮੈਂ ਮੌਲੀ ਦੀਆਂ ਅੱਖਾਂ ਵਿੱਚ ਪੈਂਗ ਦਾ ਸਕੈਚ ਬਣਦਾ ਕਈ ਵਾਰ ਵੇਖ ਚੁੱਕੀ ਸਾਂ ਮੈਂ ਉਸ ਦੇ ਗੁੱਟ ਤੇ ਆਪਣੇ ਨਾਮ ਦਾ ਟੈਟੂ ਖਣਵਾਉਣ ਬਾਰੇ ਕਿਵੇਂ ਸੋਚਦੀ ਪਤਾ ਨਹੀਂ ਕਿੱਥੋਂ ਤੇ ਕਿਵੇਂ ਕੁਝ ਦਿਨਾਂ ਮਗਰੋਂ ਮੈਨੂੰ ਲੱਗਿਆ ਸ਼ਾਇਦ ਮਾਂ ਦੇ ਰਖਵਾਏ ਵਰਤਾਂ ਦਾ ਕੋਈ ਪੁੰਨ ਸਾਹਮਣੇ ਆ ਗਿਆ ਸੀ ਮਿਸਟਰ ਪੈਂਕ ਬਹੁਤ ਲੱਕੀ ਨੇ ਕੁਝ ਮਹੀਨੇ ਪਹਿਲਾਂ ਅੰਬਾਲਾ ਦੇ ਇੱਕ ਪੇਸ਼ੈਂਟ ਦੇ ਰਿਲੇਟਿਵ ਨੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਇਸੇ ਕੰਸਰਨ ਵਿੱਚ ਅਪੀਲ ਕੀਤੀ ਸੀ ਕੋਰਟ ਦਾ ਫੈਸਲਾ ਆ ਗਿਆ ਜਾਨ ਬਚਾਉਣ ਦੀ ਸੂਰਤ ਵਿੱਚ ਇੱਛਾਪੂਰਵਕ ਲੀਗਲ ਸਟੇਟਮੈਂਟ ਦੇ ਕੇ ਕੋਈ ਵੀ ਕਿਡਨੀ ਡੋਨੇਟ ਕਰ ਸਕਦਾ ਹੈ ਤੱਤ ਸੰਗ ਨੇ ਨਵੀਂ ਜਾਣਕਾਰੀ ਦਿੱਤੀ ਮੈਂ ਦਸੰਬਰ ਦੀਆਂ ਛੁੱਟੀਆਂ ਵਿੱਚ ਵਿంటర్ ਕੈਂਪ ਦਾ ਬਹਾਨਾ ਬਣਾ ਘਰ ਨਾਂ ਗਈ ਆਖਰ ਮੈਂ ਤੇ ਪੈਂਗ ਦੋਵੇਂ ਕਿਡਨੀ ਫਰੈਂਡ ਬਣ ਗਏ ਸਮਾਂ ਇੰਨੀ ਤੇਜ਼ੀ ਨਾਲ ਬੀ ਲੰਘ ਸਕਦਾ ਕਦੇ ਲੱਗਿਆ ਹੀ ਨਹੀਂ ਸੀ ਮੌਲੀ ਹੁਣ ਅਕਸਰ ਮੇਰੇ ਕੋਲ ਰੁਕ ਜਾਂਦੀ ਹੈ ਉਹ ਤੰਦਰੁਸਤ ਹੋ ਚੁੱਕੇ ਪੈਂਗ ਦਾ ਸਕੈਚ ਬਣਾਉਣ ਵਿੱਚ ਜੁਟੀ ਹੋਈ ਹੈ ਨਜ਼ੀਰ ਦਾ ਕੋਰਸ ਪੂਰਾ ਹੋਣ ਦੇ ਨੇੜੇ ਹੈ ਉਸ ਦੀ ਅੰਮੀ ਦੇ ਗੰਭੀਰ ਬਿਮਾਰ ਹੋਣ ਕਾਰਨ ਤੇ ਪ੍ਰੰਤੋ ਪਹਿਲਾਂ ਹੀ ਉਸ ਨੂੰ ਆਪਣੇ ਸ਼ਹਿਰ ਸ਼ੋਪੀਆ ਜਾਣ ਲਈ ਕਾਲ ਆ ਗਈ ਹੈ। ਉਹ ਤੇ ਪੈਂਗ ਦੋਵੇਂ ਅੱਜ ਸਾਨੂੰ ਮਿਲਣ ਆਏ ਨੇ। ਨਜ਼ੀਰ ਦੀ ਮਾਂ ਦਾ ਹਾਲਚਾਲ ਪੁੱਛ। ਮੌਲੀ ਤੇ ਪੈਂਗ ਛੱਤ ਉੱਤੇ ਚਲੇ ਗਏ ਹਨ। ਨਜ਼ੀਰ ਮੇਰੇ ਕੋਲ ਹੀ ਬੈਠਾ ਹੈ। ਉਦਾਸ ਸੁਦਾਸ ਗਮਸਮ। ਸ਼ਦ ਮਾਂ ਦੀ ਬਿਮਾਰੀ ਦੀ ਖਬਰ ਉਸ ਨੂੰ ਪਰੇਸ਼ਾਨ ਕਰ ਰਹੀ ਹੈ। ਅੱਲਾ ਤੇ ਪਰ ਉਸ ਸਹਰੱਖ। ਠੀਕ ਹੋ ਜਾਊ ਸਭ ਕੁਝ। ਮੈਂ ਉਸ ਨੂੰ ਹੌਸਲਾ ਦਿੰਦੀ ਹਾਂ। ਡਾਕਟਰ ਨੇ ਦੱਸ ਹੀ ਦਿੱਤਾ ਸੀ ਅੰਮੀ ਕੁਝ ਮਹੀਨਿਆਂ ਜਾਂ ਦਿਨਾਂ ਦੇ ਮਹਿਮਾਨ ਨੇ ਕਿ ਮੋਤੇ ਰੈਡੀਓ ਤੋਂ ਜਵਾਬ ਮੰਗਰਾਂ ਉਹ ਕਿੰਨੇ ਦਿਨ ਬਿਮਾਰੀ ਨਾਲ ਲੜ ਸਕਣ ਪਤਾ ਨਹੀਂ ਅਫਸੋਸ ਮੈਂ ਅੰਮੀ ਦੀ ਆਖਰੀ ਇੱਛਾ ਉਸ ਦੇ ਬੋਲ ਗਲੇ ਵਿੱਚ ਹੀ ਅਟਕ ਗਏ ਉਹ ਕੀ ਠਰਦੀ ਜਨਵਰੀ ਵਿੱਚ ਵੀ ਪਤਾ ਨਹੀਂ ਕਿਧਰ ਉਸ ਦੇ ਮੱਥੇ ਉੱਤੇ ਪਸੀਨੇ ਦੀਆਂ ਬੂੰਦਾਂ ਉਤਰ ਆਈਆਂ ਉਸਨੇ ਕਮੀਜ਼ ਦੀ ਬਾਹ ਉੱਪਰ ਟੰਗਦਿਆਂ ਆਪਣਾ ਗੁੱਟ ਮੇਰੇ ਸਾਹਮਣੇ ਕਰ ਦਿੱਤਾ। ਰੋਸ਼ਨੀ ਘੱਟ ਹੋਣ ਕਾਰਨ ਮੈਨੂੰ ਉਸ ਉੱਤੇ ਕੁਝ ਧੁੰਦਲਾ ਜਿਹਾ ਨਜ਼ਰ ਆ ਰਿਹਾ ਹੈ। ਮੈਂ ਕਮਰੇ ਦੀ ਖਿੜਕੀ ਖੋਲ੍ਹ ਦਿੱਤੀ ਹੈ। ਛੁੱਪਦੇ ਸੂਰਜ ਦੀਆਂ ਸੰਧੂਰੀ ਕਿਰਨਾਂ ਸਮੇਤ ਕਿੰਨੀਆਂ ਹੀ ਆਵਾਜ਼ਾਂ ਕਮਰੇ ਦੇ ਨਾਲ ਨਾਲ ਮੇਰੇ ਅੰਦਰ ਦਾਖਲ ਹੋ ਗਈਆਂ ਨੇ। ਆਹ ਦੇਖ ਰੱਬ ਉੱਥੇ ਰਹਿੰਦਾ ਹੈ। ਬੱਦਲਾਂ ਤੋਂ ਪਾਰ। ਤੂੰ ਆਪਣੇ ਆਪ ਨੂੰ ਪਿਆਰ ਕਰ। ਟੈਟੂ ਉੱਤੇ ਉਹੀ ਨਾਮ ਖੁਣਿਆ ਹੋਇਆ ਹੈ। ਜੋ ਕਦੇ ਮੈਨੂੰ ਸਕੂਲ ਵਿੱਚ ਸੁਣਨਾ ਚੰਗਾ ਨਹੀਂ ਸੀ ਲੱਗਦਾ ਜੋ ਕਦੇ ਮੈਨੂੰ ਸਕੂਲ ਵਿੱਚ ਸੁਣਨਾ ਚੰਗਾ ਨਹੀਂ ਸੀ ਲੱਗਦਾ